ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਬੇਨਤੀ ਹੈ, ਜਿਵੇਂ ਕਿਸੇ ਦੇ ਗੁਰਦੇ ਵਿੱਚ ਪੱਥਰੀ ਹੈ ਜਾਂ ਕਿਸੇ ਦੇ ਪਿੱਤੇ ਵਿੱਚ ਪੱਥਰੀ ਹੈ, ਕਿਸੇ ਨੂੰ ਕੋਈ ਪ੍ਰਸ਼ਨ ਕਰਾਉਣ ਦੀ ਲੋੜ ਨਹੀਂ ਹੈ। ਜੋ ਗੁਰਦੇ ਵਿੱਚ ਪੱਥਰੀ ਹੈ ਉਹਦੀ ਦਵਾਈ ਸਿਰਫ 3 ਪੂੜੀਆਂ ਖਾਣੀਆਂ ਹਨ, ਦੁਬਾਰਾ ਮੁੜ ਕੇ ਪੱਥਰੀ ਨਹੀਂ ਹੋਵੇਗੀ। ਕਿਸੇ ਦੇ ਪਿੱਤੇ ਵਿੱਚ ਪੱਥਰੀ ਹੈ ਤਾਂ ਉਹ 4 ਪੂੜੀਆਂ ਦਹੀਂ ਦੇ ਨਾਲ ਖਾਣ ਦੇ ਨਾਲ ਪੱਥਰੀ ਜੋ ਪਿੱਤੇ ਵਾਲੀ ਖਤਮ ਹੋ ਜਾਂਦੀ ਹੈ। ਪੁਰਾਣੇ ਤੋਂ ਪੁਰਾਣਾ ਟਾਈਫਾਇਡ ਕਿਸੇ ਨੂੰ ਹੋਵੇ, ਦਹੀਂ ਦੇ ਨਾਲ 4 ਪੂੜੀਆਂ ਖਾਣ ਦੇ ਨਾਲ ਦੁਬਾਰਾ ਮੁੜ ਕੇ ਕਦੇ ਟਾਈਫਾਇਡ ਨਹੀਂ ਹੋਵੇਗਾ। ਪੁਰਾਣੀ ਤੋਂ ਪੁਰਾਣੀ ਬਵਾਸੀਰ ਦਾ ਇਲਾਜ 10-15 ਦਿਨ ਦੇ ਵਿੱਚ ਕੀਤਾ ਜਾਂਦਾ ਹੈ। ਗੁਰਦੁਆਰਾ ਕਲਗੀਧਰ ਸਾਹਿਬ, ਪਿੰਡ ਕਟਿੰਡ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਸੋ ਕਿਸੇ ਨੂੰ ਵੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਕੋਈ ਐਸਾ ਮਰੀਜ਼ ਜਿਵੇਂ ਕਿਸੇ ਨੂੰ ਕੋਈ ਕੈਂਸਰ ਦਾ ਰੋਗ ਹੈ, ਉਹਨਾਂ ਨੂੰ ਜੋ ਦਵਾਈ ਮਿਲਦੀ ਹੈ ਬਿਲਕੁਲ ਫਰੀ, ਡਾਕਟਰ ਜਸਵੀਰ ਸਿੰਘ ਖਾਲਸਾ, 5 ਗਰਾਈਆਂ, ਮਰੇਲਕੋਟਲੇ ਤੋਂ, ਜੋ ਤਕਰੀਬਨ 15 ਕਿਲੋਮੀਟਰ ਦੂਰੀ 'ਤੇ ਹੈ, ਬਿਲਕੁਲ ਕੈਂਸਰ ਦੀ ਦਵਾਈ ਉੱਥੇ ਫਰੀ ਦਿੱਤੀ ਜਾਂਦੀ ਹੈ। 2.5 ਮਹੀਨਿਆਂ ਦੇ ਵਿੱਚ ਕੈਂਸਰ ਵਾਲੇ ਮਰੀਜ਼ ਬਿਲਕੁਲ ਠੀਕ ਹੋ ਜਾਂਦੇ ਹਨ, ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਦੂਸਰੀ ਬੇਨਤੀ ਹੈ, ਕੋਈ ਲੋੜਵੰਦ ਬੱਚੀਆਂ ਜਿਵੇਂ ਕਿਸੇ ਦਾ ਮਾਤਾ ਪਿਤਾ ਨਹੀਂ ਹੈ, ਕਿਸੇ ਦਾ ਭੈਣ ਭਰਾ ਨਹੀਂ ਹੈ, ਕਿਸੇ ਪੱਖੋਂ ਬਹੁਤੀ ਗਰੀਬੀ ਹੈ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਦੀਆਂ ਬੱਚੀਆਂ ਦੀਆਂ ਜੋ ਸ਼ਾਦੀਆਂ ਪਿੰਡ ਕਟਿੰਡ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਕਲਗੀਧਰ ਗਰੀਬ ਨਿਵਾਸ ਸੰਸਥਾ ਵੱਲੋਂ ਕੀਤੀਆਂ ਜਾਂਦੀਆਂ ਹਨ। ਇਕੱਲੀ ਇਕੱਲੀ ਬੱਚੀ ਨੂੰ 65,000 ਰੁਪਏ ਦਾ ਸਨਮਾਨ ਦਿੱਤਾ ਜਾਂਦਾ ਹੈ ਗੁਰੂ ਘਰ ਵੱਲੋਂ। ਸੋ ਇਹ ਸੇਵਾ ਆਪ ਨੇ ਪ੍ਰਵਾਨ ਕਰਨੀ। ਕੋਈ ਵੀ ਲੋੜਵੰਦ ਸਾਡੇ ਫੋਨ ਨੰਬਰ 87-27-86-58 'ਤੇ ਤੁਸੀਂ ਫੋਨ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਫਿਰ ਦੁਬਾਰਾ ਬੋਲਦੇ ਹਾਂ, 87-27-87-86-58 ਪਿੰਡ ਕਟਿੰਡ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਸੋ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।